ਕਬਰ ਵਿੱਚ ਫਰਕ ਪੈ ਜਾਣਾ ਇਹਦਾ ਸਾਦਾ ਤੇ ਆਮਾ ਦਾ ਕਬਰ ਵਿੱਚ ਫਰਕ ਪੈ ਜਾਣਾ ਇਹਦਾ ਸਾਦਾ ਤੇ ਆਮਾ ਦਾ ਕਫਨ ਮੇਰਾ ਨਹੀਂ ਹੋਣਾ ਕਫਨ ਮੇਰਾ ਨਹੀਂ ਹੋਣਾ ਅੱਜ ਦੇ ਹਰ ਕੰਮ ਦੇ ਵਿੱਚ ਵਸੀਲਾ ਪੈਦਾ ਫਰਮਾਉਂਦਾ। ਜਿਹੜੇ ਲੋਕ ਵਸੀਲੇ ਨੂੰ ਨਹੀਂ ਮੰਨਦੇ, ਸ਼ਾਇਰ ਆਪਣੇ ਸ਼ੇਰ ਦੇ ਵਿੱਚ ਕਹਿੰਦਾ ਕਿ ਕੰਨ ਖੋਲ ਕੇ ਸੁਣ ਲਓ ਕਿ ਮੁਹੰਮਦ ਦੇ ਵਸੀਲੇ ਬਾਦ ਬੇੜਾ ਪਾਰ ਨਹੀਂ ਹੋਣਾ, ਮੁਹੰਮਦ ਦੇ ਵਸੀਲੇ ਬਾਦ ਮੁਹੰਮਦ ਦੇ ਗੁਲਾਮ।